समाना उपमंडलीय गांव रेतगढ़ में की शरार तत्व ने धार्मिक स्थल में रात में आग लगा दी, जिसके बाद गांववासियों में रोष फैल गया और सिटी पुलिस समाना को सूचना दी गई। सिटी पुलिस समाना मौके पर पहुंच गई है और घटना की जांच शुरू कर दी है। किस तत्व ने इस धार्मिक स्थल में आग लगाई, पूछताछ की जा रही है, बयान लिखे जा रहे हैं। पुलिस ने मामले की निजात को देखते हुए स्थिति को संभाल लिया है। लोगों ने मांग की है कि कथित आरोपी के खिलाफ सख्त कार्रवाई की जाए, जल्दी उसको गिरफ्तार किया जाए। पुलिस ने कहा कि आरोपी को काबू करने के बाद उसके खिलाफ सख्त कार्रवाई की जाएगी, उसको बिल्कुल नहीं बख्शा जाएगा। राती में तो 11 बजे आई उठ के ऐसी करके भी कोई निशान ना कोई बात बात रात में ਇਹ ਰੇਤਗੜ ਲਾਲ ਵਾਲੇ ਪੀਰ ਦੀ ਦਰਗਾਹ ਵੱਜਦੀ ਹੈ। ਹਾਂਜੀ, ਤੈਨੂੰ ਕਿੰਨੇ ਟਾਈਮ ਦੀ ਬਣੀ ਹੋਈ ਹੈ? ਇਹ ਹੋ ਗਈ 20-25 ਸਾਲ ਹੋ ਗਈ। ਹਾਂਜੀ, ਕੀ ਹੋਇਆ ਇੱਥੇ? ਇੱਥੇ ਰਾਤ ਮੁੰਡੇ ਨੇ ਪਹਿਲਾਂ ਕੱਲ੍ਹ 6 ਵਜੇ ਫੋਟੋਆਂ ਪਾੜੀਆਂ ਨੇ, ਚਾਦਰ ਪਾੜੀ ਹੈ, ਹੋਰ ਇੱਕ ਕੰਮ ਕਰੇ। ਅਸੀਂ ਸਾਫ਼ ਸਫਾਈ ਕਰਕੇ ਪੱਖੇ ਪੁੱਖੇ ਤੋੜ ਗਏ ਅਤੇ ਸਾਫ਼ ਸਫਾਈ ਕਰੀ ਹੈ ਜੀ। ਉਦੋਂ ਬਾਅਦ ਉਤਲ ਆ ਗਏ ਅਤੇ ਜੀ ਹਾਂ ਜੀ ਰਾਤ 11 ਵਜੇ ਤੱਕ ਮੈਂ ਇੱਥੇ ਬੈਠੇ ਜੀ, ਪਹਿਰਾ ਦਿੱਤਾ ਆ। ਉਦੋਂ ਬਾਅਦ ਮੈਂ ਘਰ ਵੱਗ ਗਿਆ ਸੀ ਜੀ। ਸਵੇਰੇ ਜਦੋਂ ਮੈਂ ਇੱਥੇ 4:45 ਆਇਆ ਜੀ, ਅੱਗ ਲਾਈ ਪਈ ਤੀ। ਹਾਂ ਜੀ, ਤੁਹਾਨੂੰ ਫਿਰ ਸ਼ੱਕ ਕਿਸ ਤੇ ਉਸ ਤੇ? ਹਾਂ ਜੀ ਹਾਂ, ਕਿਹੜੇ ਸ਼ੱਕ ਕੀ ਆ ਜੀ? ਹਕੀਕਤ ਹਕੀਕਤ ਆ ਜੀ, ਉਹੀ ਮੁੰਡਾ ਜੀ। ਕੱਲ੍ਹ ਜਦੋਂ ਅਸੀਂ ਰਾਤ 8 ਵਜੇ ਬੈਠੇ ਤੇ ਮੋਟਰਸਾਈਕਲ ਨਾਲ ਤੇਲ ਦੀ ਪੀਪੀ ਬੰਨੀ ਹੋਈ ਤੇ ਉਹ ਦਨੂ ਲੰਘ ਗਿਆ ਜੀ ਸਮਾਣੇ ਕਰਨੀ ਨੂੰ। ਅਸੀਂ 3 ਜਣੇ ਇੱਥੇ ਬੈਠੇ ਤੇ ਜੀ ਉਦੋਂ। ਤੇਲ ਉਸੇ ਪੀਤੀ ਹੈ? ਹਾਂ ਜੀ ਹਾਂ। ਤੇਲ ਪੈਟਰੋਲ ਥਾ ਡੀਜ਼ਲ ਕੀ ਸੀ? ਇਹ ਤਰ੍ਹਾਂ ਨਹੀਂ ਪਤਾ ਜੀ, ਪੀਪੀ ਜੀ ਵੀ ਡੀਜ਼ਲ ਪੈਟਰੋਲ ਆ ਜੀ। ਸਵੇਰੇ ਅਸੀਂ 5 ਵਜੇ ਕਾਲ ਕਰੀ ਤੀ ਪੁਲਿਸ ਨੂੰ, 5:30 ਵਜੇ ਜੀ। ਹੁਣ ਤੱਕ ਕੋਈ 100 ਨੰਬਰ 'ਤੇ ਕਾਲ ਕਰੀ ਤੀ, ਹਜੇ ਤੱਕ ਕੋਈ ਕੰਪਲੇਂਟ ਨਹੀਂ ਹੋਈ ਸਾਡੀ। ਹਾਂ ਜੀ, ਹੁਣ ਤੁਸੀਂ ਕੀ ਮੰਗ ਕਰਦੇ? ਅਸੀਂ ਕਾਰਵਾਈ ਕਰਨਾ ਚਾਹੁੰਦੇ ਹਾਂ ਜੀ ਉਹ ਬੰਦੇ 'ਤੇ। ਮੇਰਾ ਨਾਮ ਮਨਦੀਪ ਕੌਰ ਹੈ ਜੀ। ਤੁਸੀਂ ਇਸ ਦਰਗਾਹ ਦੀ ਸੇਵਾ ਕਰਦੇ ਹੋ? ਹਾਂਜੀ, ਸੇਵਾ ਕਰਦੇ ਹਾਂ, ਮੇਰਾ ਘਰ ਸਾਹਮਣੇ ਹੈ ਜੀ। ਕਿੰਨੇ ਤੁਸੀਂ ਦੇਖੀ ਅੱਗ ਲੱਗੀ? ਇਹ ਕੱਲ੍ਹ ਸ਼ਾਮੀ 6 ਵਜੇ ਜੀ ਅਸੀਂ ਆਪਣੇ ਘਰ ਦੇ ਬਾਹਰ ਖੜ੍ਹੇ ਸੀਗੇ ਤੇ ਉਹ ਬੰਦਾ ਅੰਦਰ ਭੰਨ ਤੋੜ ਕਰਦਾ ਸੀ। ਮੇਰੇ ਬੇਟੇ ਦੋਵੇਂ ਭੱਜ ਕੇ ਆਏ, ਉਹਨੂੰ ਮਨਾ ਕੀਤਾ ਵੀ ਵੀਰੇ ਤੂੰ ਇਹ ਕੀ ਕਰਦਾ ਆ? ਕਹਿੰਦਾ ਮੈਂ ਅੱਗ ਲਾਵਾਂਗਾ। ਉਸ ਤੋਂ ਬਾਅਦ ਅਸੀਂ ਪਿੰਡ ਦੇ ਮੁੰਡਿਆਂ ਨੂੰ ਫੋਨ ਕੀਤਾ ਵੀ ਆਹ ਕੰਮ ਹੋ ਰਿਹਾ, ਤਾਂ ਪਿੰਡ ਦੇ ਮੁੰਡੇ ਆਏ, ਅਸੀਂ ਨਾਲ ਰਲ ਕੇ ਉਹਨਾਂ ਦੀ ਸਾਫ਼ ਸਫਾਈ ਕਰਵਾਈ ਤੇ 11 ਵਜੇ ਤੱਕ ਅਸੀਂ ਪੂਰਾ ਪਹਿਰਾ ਰੱਖਿਆ, ਜਾਗਦੇ ਰਹੇ ਤੇ ਆ ਮੁੰਡਾ ਰਾਮਪਾਲ ਇਹ 11 ਵਜੇ ਤੱਕ ਇੱਥੇ ਬੈਠਾ ਰਿਹਾ। ਉਸ ਤੋਂ ਬਾਅਦ ਇਹਨੇ ਇਹ ਕੰਮ ਕਰਿਆ। ਇਹ ਕੰਮ ਕਰਨ ਵਾਲੇ ਦੇ ਵਿਰੁੱਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਆ। ਤੁਸੀਂ ਤਕਰੀਬਨ 12 ਸਾਲਾਂ ਦੇ ਇੱਥੇ ਰਹਿ ਰਹੇ ਹਾਂ ਜੀ। ਸਾਹਮਣੇ? ਹਾਂਜੀ, ਸਾਹਮਣੇ ਸਾਡਾ ਘਰ ਹੈ ਜੀ। ਕੱਲ ਸ਼ਾਮੀ 6 ਵਜੇ ਦੇਖਿਆ ਸੀ ਜੀ, ਰਾਤ ਨਹੀਂ ਪਤਾ ਲੱਗਿਆ ਜੀ। ਅੱਗ ਲਾ ਕੇ ਫੂਕਣਾ, ਫਿਰ ਅਸੀਂ ਪਿੱਛੇ ਹਟ ਗਏ ਜੀ। ਕੱਲ ਜੀ ਮੈਂ ਮੁੰਡਿਆਂ ਨੂੰ ਇਹ ਗੱਲ ਕਹਿ ਦਿੱਤੀ ਸੀ ਜੀ ਵੀ ਆਪਾਂ ਲੜਾਈ ਝਗੜੇ ਦਾ ਕੋਈ ਫਾਇਦਾ ਨਹੀਂ ਆ, ਵੀ ਆਪਾਂ ਤਾਂ ਪੀਰ ਬਾਬੇ ਨੇ ਇਹਨੂੰ ਆਪੇ ਦੇਖਣਾ ਆ, ਸਵੇਰੇ ਪੰਚਾਇਤ ਇਕੱਠੀ ਕਰਾਂਗੇ ਤੇ ਉਹਦੇ ਨਾਲ ਗੱਲਬਾਤ ਕਰਾਂਗੇ। ਸਰਪੰਚ ਹੁਣ ਤੱਕ ਆਇਆ ਨਹੀਂ ਜੀ, ਉਸੇ ਟਾਈਮ ਹੀ ਮੇਰੇ ਬੇਟੇ ਨੇ ਉਹਨੂੰ ਫੋਨ ਕੀਤਾ ਵੀ ਅੰਕਲ ਜੀ ਆਹ ਕੰਮ ਹੋ ਗਿਆ। ਨੰਬਰਦਾਰ ਆਇਆ ਸੀ ਜੀ ਸਵੇਰੇ, ਇਸ਼ਨਾਨ ਪਾਣੀ ਰਾਤ ਇਸ਼ਨਾਨ ਕਰਾ ਕੇ ਅਸੀਂ ਨਵੇਂ ਚਾਦਰਾ ਪਾ ਗਏ ਸੀ ਇਸੇ ਪਾਸੇ ਤੇ। ਕੱਲ ਕਿੰਨੇ ਵਜੇ ਹੋਇਆ ਸੀ ਇਹ? ਕੱਲ 6 ਵਜੇ ਦਾ ਨਿਕਟਾਨ ਹੋਇਆ ਡੇਲੀ ਉਤਾਲਾ ਨੇ ਇਸ਼ਨਾਨ ਕਰਨਾ। ਸਵੇਰੇ 4:45 ਵਜੇ ਉੱਠਦੇ, 5 ਵਜੇ ਆਉਂਦਾ ਉਹਨਾਂ ਜਦੋਂ ਆ ਕੇ ਦੇਖ। ਰਾਤੀ ਮੈਂ ਇੱਥੋਂ 11 ਵਜੇ ਗਈ ਆ। ਕੱਲ ਤੂੰ ਬੱਤੀ ਕਰਕੇ ਗਏ? ਹਾਂ ਜੀ, ਸ਼ਾਮ ਟਾਈਮ ਆ ਦੇਖੋ ਜੀ, ਕੱਲ 4:45 ਵਜੇ ਦੀਆਂ ਫੋਟੋਆਂ ਨੇ ਸਰ। ਇਹ 4:45 ਵਜੇ ਸ਼ਾਮ ਦੀ ਜਿਹੜਾ ਇਹ ਕੰਪਲੀਟ ਲਿਖੀ ਜੀ ਅਮਨਦੀਪ। ਹਾਂ ਜੀ, ਆਹ ਹੁਣ ਕਰਾਈ ਹੈ ਜੀ। ਕੱਲ ਤਾਂ ਅਸੀਂ ਕਰਾਈ ਨਹੀਂ ਹੈਗੀ, ਕੱਲ 6 ਵਜੇ ਤੱਕ ਅਸੀਂ ਕਰਾਈ ਨਹੀਂ ਹੈਗੀ ਸਰ। ਕੱਲ ਕਿਉਂ ਨਹੀਂ ਕਰਾਈ? ਕੱਲ ਜੀ ਫਿਲਹਾਲ ਸਾਨੂੰ ਹੁਣੇ ਹੁਣੇ ਸੂਚਨਾ ਮਿਲੀ ਹੈ, ਪਿੰਡ ਰੇਤਗੜ੍ਹ ਜਿਹੜਾ ਲੱਖਦਾਤਾ ਪੀਰ ਹੈ ਉੱਥੇ ਜਿਹੜੀ ਕੁਝ ਜਗ੍ਹਾ ਨੂੰ ਜਿਹੜੀ ਅੱਗ ਲੱਗੀ ਹੋਈ ਸੀ ਉਹਦੀ ਜਾਂਚ ਕਰ ਰਹੇ ਹਾਂ। ਕੰਪਲੇਂਟ ਹਜੇ ਸਾਨੂੰ ਮਿਲੀ ਨਹੀਂ ਹੈਗੀ, ਜਦੋਂ ਵੀ ਕੋਈ ਕੰਪਲੇਂਟ ਮਿਲਦੀ ਹੈ ਜਾਂ ਕੋਈ ਬਿਆਨ ਤੁਹਾਡੇ ਕੋਲ ਲਿਖਾਉਂਦਾ ਹੈ ਉਹ ਤੋਂ ਬਾਅਦ ਉਹਦੀ ਪੜਤਾਲ ਕਰਕੇ ਜਿਹੜੀ ਜੋ ਵੀ ਕਾਰਵਾਈ ਕਾਨੂੰਨ ਅਨੁਸਾਰ ਬਣਦੀ ਹੋਈ ਕੀਤੀ ਜਾਏਗੀ। ਆਰੋਪੀ ਜੇ ਕਾਬੂ ਆਇਆ ਤਾਂ ਕਾਰਵਾਈ ਹੋਵੇਗੀ? ਬਿਲਕੁਲ, ਕਾਬੂ ਜੇ ਆਰੋਪੀ ਦੇ ਖਿਲਾਫ਼ ਕਾਰਵਾਈ ਹੋਊਗੀ, ਵੈਰੀਫਾਈ ਕਰ ਲਈਏ ਕੀ ਮਸਲਾ ਇਹਨਾਂ ਦਾ ਅਤੇ ਬਿਲਕੁਲ ਕਾਰਵਾਈ ਹੋਊਗੀ। ਕੈਮਰਾਮੈਨ ਬਾਲ ਸਿੰਘ ਗਰਗ ਕੇ ਸਾਥ ਪੁਰਸ਼ੋਤਮ ਕੌਸ਼ਿਕ, ਸਮਾਣਾ ਨਿਊਜ਼।